ਹੈ ਬੇਸਬਰੀ ਬੜੀ ਦਿਲ ਨੂੰ ਦੁਆ ਮੰਗਿਓ ਸਬਰਿਆ ਵੇ ਹੈ ਜਿਸ ਮੁਖ ਦੀ ਇਹ ਸਿੱਖ ਸਾਨੂੰ ਉਹ ਮੁਖ ਸ਼ਾਲਾ ਨਜ਼ਰਿਆ ਜਿਸ ਮੁਖ ਦੀ ਹਜ਼ਰਤ ਅਬੂ ਬਕਰ ਸਿੱਦੀਕ ਦਾ ਅਕੀਦਾ ਹੈ ਜਿਸ ਮੁਖ ਦੀ ਇਹ ਸਿੱਖ ਸਾਨੂੰ ਉਹ ਮੁਖ ਸ਼ਾਲਾ ਨਜ਼ਰ ਆਵੇ ਅਨਦਰੋ ਅਲਾ ਵਜਹੇ ਰਸੂਲੁਲਾਹੀ ਸੱਲੱਲਾਹੁ ਅਲੈਹੀ ਵਸੱਲਮ ਸੋਹਣਿਆ ਚਿਹਰਾ ਤੇਰਾ ਹੋਵੇ ਅੱਖ ਮੇਰੀ ਹੋਵੇ ਤੁਸੀਂ ਬੈਠੇ ਰਵੋ ਮੈਂ ਤੱਕਦਾ ਰਵਾਂ ਜਿਸ ਮੁਖ ਦੀ ਇਹ ਸਿੱਖ ਸਾਨੂੰ ਉਹ ਮੁਖ ਸ਼ਾਲਾ ਨਜ਼ਰ ਆਵੇ ਔਰ ਅਬੂ ਅਯੂਬ ਤੇ ਮੇਰੀ ਕੁੰਡੀ ਵੀ ਸਜ ਵੈਸੀ ਅਯੂਬ ਦੀ ਕੁੰਡੀ ਪਤਾ ਕਿ ਤੂੰ ਮੇਰੇ ਆਕਾ ਮਦੀਨੇ ਵਿੱਚ ਗਏ ਨਬੂਵਤ ਤੋਂ ਬਾਅਦ ਜਦੋਂ ਮਦੀਨੇ ਗਏ ਤੇ ਹਜ਼ਰਤ ਅਯੂਬ ਤੁਬਾ ਹਮੈਰੀ ਸੱਦਾ ਖਤ ਲੈ ਖਲੋਤੇ ਨੇ ਤੇ ਆਪ ਇੰਤਜ਼ਾਰ ਕਰਦੇ ਨੇ ਸ਼ਾਇਰ ਆਂਦਾ ਏ ਅਬੂ ਅਯੂਬ ਦੇ ਵਾਂਗੂ ਮੇਰੀ ਕੁੰਡੀ ਵੀ ਸਜ ਵੈਸੀ ਕਿਵੇਂ ਸਜੇਗੀ ਉਹ ਸ਼ਾਹ ਸਾਰੇ ਰਸੂਲਾਂ ਦਾ ਕਦੀ ਮੇਰੇ ਜੇ ਘਰ ਆਵੇ ਉਸ਼ਾ ਸਾਰੇ ਰਸੂਲਾਂ ਦਾ ਕਦੀ ਮੇਰੇ ਜੇ ਘਰ ਆਵੇ ਹੈ ਜਿਸ ਮੁਖ ਦੀ ਇਹ ਸਿੱਖ ਸਾਨੂੰ ਉਹ ਮੁਖ ਸ਼ਾਲਾ ਆਪ ਦੀ ਸਵਾਰੀ ਆ ਰਹੀ ਹੈ ਕੋਈ ਆਪਣੇ ਵੱਲ ਨੂੰ ਤਵੱਜੋ ਕਰਾਉਂਦਾ ਏ ਕੋਈ ਨਕੇਲ ਪਕੜਨ ਦੀ ਕੋਸ਼ਿਸ਼ ਕਰਦਾ ਏ ਕੋਈ ਇਹਦੀ ਚੋੜੀ ਫਲਾ ਕੇ ਖਲੋਤਾ ਏ ਕਿ ਅੱਜ ਆਪ ਦੀ ਸਵਾਰੀ ਮੇਰੇ ਵੱਲ ਆ ਜਾਏ ਹਰ ਕਿਸੇ ਦਾ ਖਿਆਲ ਏ ਅੱਜ ਸਵਾਰੀ ਜਿੱਥੇ ਬੈਠ ਗਈ ਕਿਆਮਤ ਤੱਕ ਉਹਦੇ ਘਰ ਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਹਰ ਕੋਈ ਇੰਜ ਕਰਦਾ ਏ ਜਦੋਂ ਇੰਜ ਜ਼ੋਰ ਪਾ ਦਿੱਤਾ ਤੇ ਹਜ਼ੂਰ ਨੇ ਫਰਮਾਇਆ ਖਬਰਦਾਰ ਅੱਲਾ ਦੇ ਹੁਕਮ ਨਾਲ ਚੱਲਦੇ ਇਹਨੂੰ ਪਤਾ ਹੈ ਮੈਂ ਜਿੱਥੇ ਜਾਣਾ ਉਹ ਯਾਰੋ ਜਿਸ ਸਵਾਰੀ ਬੇਜ਼ਬਾਨ ਤੇ ਨਬੀ ਸਵਾਰ ਹੋ ਜਾਏ ਉਹ ਇਲਮ ਵਾਲੀ ਬਣ ਜਾਂਦੀ ਹੈ ਤੇ ਉਹਦੀ ਆਪਣੀ ਕੀ ਸ਼ਾਨ ਹੋਏਗੀ ਜਿਹਦੇ ਤੇ ਸਵਾਰ ਹੋ ਜਾਏ ਬੇਜ਼ਬਾਨ ਜਾਣਦੀ ਹੈ ਮੈਂ ਕਿੱਥੇ ਜਾਣਾ ਹੈ ਆਪ ਨੇ ਫਰਮਾਇਆ ਖਬਰਦਾਰ ਇਹਨੂੰ ਨਾ ਛੇੜੋ ਇਹ ਅਮੂਰੁਮ ਮਿਨ ਅੱਲਾਹ ਅੱਲਾਹ ਦੇ ਹੁਕਮ ਨਾਲ ਚੱਲ ਰਹੀ ਏ ਇਹਨੂੰ ਪਤਾ ਏ ਮੈਂ ਕਿੱਥੇ ਜਾਣਾ ਏ ਉਧਰ ਅਯੂਬ ਅਨਸਾਰੀ ਦਿਲ ਵਿੱਚ ਖਿਆਲ ਹੈ ਕਿ ਯਾ ਅੱਲਾ ਇਹ ਮੌਕਾ ਦੇ ਦੇ ਕਿ ਮੈਂ ਆਪਣੇ ਹੱਥੀ ਉਹ ਰੁਕਾ ਹਜ਼ੂਰ ਨੂੰ ਪੇਸ਼ ਕਰਦਿਆਂ ਆਪ ਜਿਹੜੀਆਂ ਚੁੱਕ ਚੁੱਕ ਕੇ ਇੰਤਜ਼ਾਰ ਕਰਦੇ ਨੇ ਸਵਾਰੀ ਨੂੰ ਕੋਈ ਆਪਣੇ ਵੱਲ ਨੂੰ ਖਿੱਚਦਾ ਏ ਕੋਈ ਆਪਣੇ ਵੱਲ ਨੂੰ ਤੇ ਹਜ਼ੂਰ ਆਂਦੇ ਨੇ ਨਾ ਛੇੜੋ ਤੇ ਹਜ਼ਰਤ ਅਯੂਬ ਖਲੋਤੇ ਕੀ ਆਂਦੇ ਨੇ ਸੋਹਣਿਆ ਖੁੱਲੀ ਰੱਖੀ ਅਸਾਂ ਇਹਨੇ ਨਵਾਦੀ ਬਾਰੀ ਇਹ ਤਾਂਗ ਸਾਨੂੰ ਮਦਨੀ ਦੀ ਹਜ਼ਰਤ ਅਯੂਬ ਆਂਦੇ ਨੇ ਕਦੋਂ ਆਵੇਗੀ ਮੇਰੇ ਆਕਾ ਦੀ ਸਵਾਰੀ
ਕਦੋਂ ਆਵੇਗੀ ਆਕਾ ਦੀ ਸਵਾਰੀ ਇਹ ਮਦਨੀ ਦੀ ਇਹ ਚਲਦਿਆਂ ਚਲਦਿਆਂ ਜਦੋਂ ਸਵਾਰੀ ਆ ਕੇ ਹਜ਼ਰਤ ਅਯੂਬ ਦੇ ਬੂਹੇ ਅੱਗੇ ਬੈਠ ਗਈ ਉਹਨੂੰ ਸ਼ਾਇਰ ਇਹ ਸ਼ਕਲ ਦਿੰਦਾ ਏ ਕੀ ਆਂਦਾ ਏ ਅਬੂ ਅਯੂਬ ਦੇ ਵਾਂਗੂ ਮੇਰੀ ਕੁੱਲੀ ਵੀ ਸਜਵੈਸੀ ਸ਼ਾ ਸਾਰੇ ਰਸੂਲਾਂ ਦਾ ਕਦੀ ਮੇਰੇ ਔਰ ਸ਼ਬੇ ਮੇਰਾਜ ਖੁਦਾ ਬੋਲਾ ਕਿਉਂਕੇ ਜਿਬਰੀਲ ਸਿਦਰਾ ਤੇ ਆਂਦੇ ਜੀ ਨੂਰ ਨਹੀਂ ਨੂਰ ਨਹੀਂ ਨੂਰੀ ਰਹਿ ਗਏ ਥੱਲੇ ਕਾਰੀ ਸਾਹਿਬ ਸ਼ਬੇ ਮੇਰਾਜ ਖੁਦਾ ਬੋਲਾ ਕਿ ਰੁਕੇ ਜਿਬਰੀਲ ਸਿਦਰਾ ਤੇ ਹਜ਼ੂਰ ਨੂੰ ਅੱਲਾ ਕੀ ਆਂਦਾ ਏ ਮੇਰੇ ਮਹਿਬੂਬ ਨੂੰ ਆਖੋ ਕਿ ਬਿਨ ਪੁੱਛਿਆ ਗੁਜ਼ਰਿਆ ਰਫਤਾਰ ਹੋਇਆ ਉੱਥੇ ਨਾਲ ਕੋਈ ਨਾ ਜਾਣ ਵਾਲਾ ਸਾਥੀ ਏ ਨਾ ਕੋਈ ਮੰਜ਼ਲ ਦਾ ਲਿਖਿਆ ਏ ਲਾਹੌਰ ਜਾਣਾ ਏ ਪਿਸ਼ਾਵਰ ਜਾਣਾ ਏ ਕਿੱਥੇ ਜਾਣਾ ਕੋਈ ਵੀ ਟਿਕਾਣਾ ਨਹੀਂ ਕੋਈ ਪਤਾ ਨਹੀਂ ਲਿਖਿਆ ਨਾਲ ਕੋਈ ਬੰਦਾ ਨਹੀਂ ਕੋਈ ਲਿਜਾਣ ਵਾਲਾ ਨਹੀਂ ਅੱਗੋਂ ਆਵਾਜ਼ ਆਉਂਦੀ ਏ ਉਧਰੋਂ ਮਿੰਨੀ ਇਸਮੇ ਤਬਦੀਲ ਕਿਵੇਂ ਆਵਾਜ਼ ਆਉਂਦੀ ਏ ਰਫ ਰਫ ਇਸ ਤਰ੍ਹਾਂ ਸਫ਼ਰ ਕਰਦਾ ਜਾਂਦਾ ਏ ਜਿੱਧਰੋਂ ਆਵਾਜ਼ ਆਉਂਦੀ ਏ ਉਧਰੋਂ ਮਿੰਨੀ ਤਫਜ਼ੀਲ ਕਿਵੇਂ ਕਰੀਬ ਆ ਜਾ ਕਰੀਬ ਆ ਜਾ ਕਰੀਬ ਆ ਜਾ ਕਰੀਬ ਆ ਜਾ ਹਬੀਬ ਕਰੀਬ ਆ ਜਾ ਕਰੀਬ ਆ ਜਾ ਇੰਨਾ ਕਰੀਬ ਹੋ ਜਾ ਇੰਨਾ ਕਰੀਬ ਹੋ ਜਾ ਇੰਨਾ ਕਰੀਬ ਹੋ ਜਾ ਕਿ ਮੈਂ ਤੂੰ ਮੈਂ ਬਣ ਜਾਈਏ ਫਿਰ ਹਬੀਬ 6666 ਕੁਰਾਨ ਦੀਆਂ ਐਤਾ ਕਲਾਮ ਮੇਰਾ ਹੋਏਗਾ ਤੇ ਜ਼ਬਾਨ ਤੇਰੀ ਹੋਏਗੀ ਕਰੀਬ ਆ ਜਾ ਕਰੀਬ ਆ ਜਾ ਮੈਂ ਤੂੰ ਤੂੰ ਮੈਂ ਬਣ ਜਾਈਏ ਫਿਰ ਕੁਰਾਨ ਕਲਾਮ ਮੇਰਾ ਹੋਏਗਾ ਤੇ ਜ਼ਬਾਨ ਤੇਰੀ ਹੋਏਗੀ ਕਿੰਨਾ ਕਰੀਬ ਹੋ ਸ਼ਬੇ ਮੇਰਾਜ ਖੁਦਾ ਬੋਲਾ ਰੁਕੇ ਜਿਬਰੀਲ ਸਿਦਰਾ ਤੇ ਔਰ ਮੇਰੇ ਮਹਿਬੂਬ ਨੂੰ ਆਖੋ ਕਿ ਬਿਨ ਪੁੱਛਿਆ ਗੁਜ਼ਰਿਆ ਵੇ ਮੇਰੇ ਮਹਿਬੂਬ ਨੂੰ ਆਖੋ ਕਿ ਬਿਨ ਪੁੱਛਿਆ ਵਿੱਚ ਰੱਖਿਆ
ਮੇਰੇ ਨਾਨੇ ਨੂੰ ਜਾ ਆਖੋ ਉਹ ਖੁਦ ਚਾਵਣ ਲਈ ਫਿਰਿਆ ਆਖਰ ਤੇ ਹਾਕਮ ਨੇ ਬੜੀ ਕਲਮ ਤੋੜ ਦਿੱਤੀ ਹੱਦ ਮਕਾ ਦਿੱਤੀ ਹਾਕਮ ਕੀ ਆਂਦਾ ਏ ਇਹ ਮਰਨ ਤੋਂ ਬਾਅਦ ਐ ਹਾਕਮ ਯਾਦ ਲਈ ਤਮੰਨਾ ਏ ਹਾਕਮ ਦਾ ਮਰਨ ਤੋਂ ਬਾਅਦ ਕੋਈ ਤਮੰਨਾ ਨਹੀਂ ਜਿਹਦੇ ਲਈ ਮਰ ਕੇ ਆਇਆ ਉਹ ਖੁਦ ਮਿਲਨੇ ਕਬਰ ਆਵੇ ਹੈ ਜਿਸ ਮੁਖ ਦੀ ਇਹ ਸਿੱਖ ਸਾਨੂੰ ਉਹ ਮੁਖ ਸ਼ਾਲਾ نماز جاندی تے جائے ہاں جی نمازیں گھر قضا ہوگی تو پھر ادا ہوگی پڑھ لا نگاہوں کی قضا کب ادا ہو سلطان صاحب آندے نے کہ تن میرا چشمہ ہوے تے میں مرشد ویکھ نہ رجا ہوں صحابی مرید تے نبی پیر ਇਹ ਤਨ ਮੇਰਾ ਚਸ਼ਮਾ ਹੋਵੇ ਤੇ ਮੈਂ ਮੁਰਸ਼ਿਦ ਵੇਖ ਨਾ ਰੱਜਾ ਹੂੰ ਡੂੰ ਡੂੰ ਤੇ ਮੁੱਢ ਡਖ ਡਖ ਇੱਕ ਖੋਨਾ ਇੱਕ ਕੱਜਾ ਹੂੰ ਇਤਨਾ ਡਿਠਿਆ ਮੈਨੂੰ ਸਬਰ ਨਾ ਆਵੇ ਹੋਰ ਕਿਹਦੇ ਵੱਲ ਭੱਜਾ ਹੂੰ ਮੁਰਸ਼ਿਦ ਦਾ ਦੀਦਾਰ ਬਾਹੂ ਮੈਨੂੰ ਲੱਖ ਕਰੋੜਾਂ ਹੱਜਾਂ ਹੂੰ